ਬਣਾਉਣ ਜਾ ਰਹੇ ਹਾਂ ਮਾਸਟਰ ਰਜਿੰਦਰ ਚੱਕ ਹਕੀਮ ਜੋ ਕਿ ਸਮਾਜ ਸੁਧਾਰਕ ਲਹਿਰਾਂ ਦੇ ਨਾਲ ਵੀ ਕਾਫੀ ਅਰਸੇ ਤੋਂ ਜੁੜੇ ਹੋਏ ਨੇ ਤੇ ਇੱਕ ਬੁੱਧੀਜੀਵੀ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ। ਵੈਸੇ ਮੈਨੂੰ ਯਾਦ ਕਰਾਉਣ ਦੀ ਲੋੜ ਨਹੀਂ, ਇਹਨਾਂ ਨੂੰ ਹਰ ਬੱਚੇ ਤੋਂ ਲੈ ਕੇ ਜਵਾਨ ਤੱਕ ਹਰ ਕੋਈ ਜਾਣਦਾ। ਜੋ ਮਿਸ਼ਨਰੀ ਤੇ ਜੋ ਸਮਾਜ ਸੁਧਾਰਕ ਆ ਉਹਨਾਂ ਦੇ ਨਾਲ ਵੀ ਇਹਨਾਂ ਦਾ ਕਾਫੀ ਮੇਲ ਜੋੜ, ਆਪਣੇ ਵੱਖਰੇ ਵਿਚਾਰ ਹੋਣ ਦੇ ਕਾਰਨ ਇਹ ਜਾਣੇ ਪਛਾਣੇ ਜਾਂਦੇ ਆ। ਅੱਜ ਅਸੀਂ ਮਾਸਟਰ ਜੀ ਨੂੰ ਕੁਝ ਸਵਾਲ ਜੋ ਜਨਗਣਨਾ ਦੇ ਤੌਰ ਤੇ ਜਾਣੇ ਜਾਂਦੇ, ਜੋ ਵਿਵਾਦਕ ਮਸਲਾ ਇੱਕ ਬਣਿਆ ਹੋਇਆ ਸਮਾਜ ਇੱਕ ਦੂਜੀ ਦੇ ਵਿੱਚ ਫਸਿਆ ਹੋਇਆ ਆ, ਉਹਦੇ ਵਿੱਚੋਂ ਕੱਢ ਲਈ ਸਮਾਜ ਨੂੰ ਕੀ ਕਰਨਾ ਚਾਹੀਦਾ ਉਹਦੇ ਬਾਬਤ ਇਹਨਾਂ ਨਾਲ ਗੱਲ ਕਰਨ ਅਸੀਂ ਅੱਜ ਆਏ ਹਾਂ ਪੰਜਾਬੀ ਸਾਂਝ ਚੈਨਲ ਤੋਂ। ਤੇ ਮਾਸਟਰ ਜੀ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮੱਚ ਮਾਸਟਰ ਜੀ। ਜਿਵੇਂ ਤੁਸੀਂ ਜਾਣਦੇ ਆ ਤੁਹਾਡੇ ਕੋਲ ਕੋਈ ਵੀ ਮਸਲਾ ਅਣਛੂਹਿਆ ਨਹੀਂ ਹੈਗਾ, ਫਿਰ ਵੀ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦੇ ਕਿ ਜੋ ਜਨਗਣਨਾ ਹੋਣ ਜਾ ਰਹੀ ਆ ਉਹਦੇ ਬਾਬਤ ਸਮਾਜ ਸੰਤ ਸਮਾਜ ਆਪਸ ਵਿੱਚ ਇੱਕ ਪਾਟਿਆ ਹੋਇਆ ਨਜ਼ਰ ਆ ਰਿਹਾ। ਅੱਧੇ ਕਹਿੰਦੇ ਕਿ ਆਤ ਧਰਮ ਲਿਖਾਓ, ਅੱਧੇ ਕਹਿੰਦੇ ਰਵਦਾਸੀਆ ਲਿਖਾਓ, ਕੁਝ ਕੁ ਲੋਕ ਕਹਿੰਦੇ ਬੁੱਧ ਲਿਖਾਓ। ਇਹਦੇ ਤੁਸੀਂ ਕਿਸ ਐਂਗਲ ਨਾਲ ਇਹਨੂੰ ਤੁਸੀਂ ਜਾਣਦੇ ਆ, ਕਿਸ ਐਂਗਲ ਨਾਲ ਦੇਖਦੇ ਆ ਤੁਸੀਂ? ਹਾਂਜੀ, ਜਿਹੜੀ ਜਨਗਣਨਾ 2021 ਦੇ ਵਿੱਚ ਹੋ ਰਹੀ ਆ, ਆਪਾਂ ਜਾਣਦੇ ਹਾਂ ਕਿ ਹਰ 10-11 ਸਾਲਾਂ ਬਾਅਦ ਸਾਡੀ ਕੰਟਰੀ ਦੇ ਵਿੱਚ ਜਿਹੜਾ ਆ ਉਹ ਜਨਗਣਨਾ ਹੁੰਦੀ ਹੈ ਜੀ। ਤੇ ਜਨਗਣਨਾ ਜਿਹੜੀ ਇੱਕ ਬਹੁਤ ਵੱਡਾ ਇਸ਼ੂ ਹੁੰਦਾ ਆ, ਉਹ ਇਕੱਲਾ ਉਹਦੇ ਵਿੱਚ ਧਰਮ ਹੀ ਨਹੀਂ ਦੇਖਿਆ ਜਾਂਦਾ ਜੀ, ਉਹਦੇ ਵਿੱਚ ਬਹੁਤ ਸਾਰੇ ਪੁਆਇੰਟ ਹੁੰਦੇ ਆ ਕਿ ਆਪਾਂ ਪਿਛਲੇ 10 ਸਾਲਾਂ ਦੇ ਵਿੱਚ ਦੇਸ਼ ਦੇ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਹੈ। ਉਹਦੇ ਵਿੱਚ ਜਾਤੀ ਆਧਾਰ ਤੇ ਵੀ ਲੋਕਾਂ ਦੇ ਅੰਕੜੇ ਇਕੱਠੇ ਕੀਤੇ ਜਾਂਦੇ ਆ, ਲੋਕਾਂ ਦੇ ਘਰਾਂ ਦੇ ਹਾਲਾਤਾਂ ਦੇ ਵੀ ਅੰਕੜੇ ਇਕੱਠੇ ਕੀਤੇ ਜਾਂਦੇ ਆ ਜੀ। ਤੋਂ ਅੱਜ ਜਿਹੜਾ ਮੁੱਦਾ ਤੁਸੀਂ ਧਰਮ ਨੂੰ ਲੈ ਕੇ ਕੀਤਾ, ਧਰਮ ਉਹਦੇ ਵਿੱਚ ਇੱਕ ਛੋਟਾ ਜਿਹਾ ਕਾਲਮ ਆ, ਉਹਦੇ ਵਿੱਚ ਜਦੋਂ ਕਿਸੇ ਬੰਦੇ ਦੇ ਘਰ ਦੇ ਵਿੱਚ ਜਨਗਣਨਾ ਵਾਲਾ ਅਫਸਰ ਜਾਂਦਾ ਆ ਜੀ, ਤਾਂ ਉਹਦੇ ਵਿੱਚ ਉਹਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੇ ਧਰਮ ਨੂੰ ਬਿਲੋਂਗ ਕਰ ਰਹੇ ਹੋ। ਤੇ ਉਹਦੇ ਵਿੱਚ ਜਿਹੜਾ ਆ ਮੇਨ ਜਿਹੜੇ ਆਪਣੇ ਦੇਸ਼ ਦੇ 6 ਧਰਮ ਆ ਜੀ, ਉਹ ਉਹਨਾਂ ਦੇ ਨਾਂ ਲਿਖੇ ਹੁੰਦੇ ਆ, ਤੇ ਬਾਕੀ ਅਦਰ ਦਾ ਖਾਨਾ ਇੱਕ ਹੁੰਦਾ ਸੱਤਵਾਂ। ਹਾਂਜੀ, ਸੱਤਵਾਂ ਖਾਨਾ ਹੁੰਦਾ ਆ ਬਿਲਕੁਲ। ਤੇ ਜੇ ਤੁਸੀਂ ਆਪਣੇ ਸਮਾਜ ਦੀ ਗੱਲ ਕਰੋ ਤੇ ਵੈਸੇ ਧਰਮ ਇੱਕ ਬਹੁਤ ਵੱਡਾ ਇਸ਼ੂ ਆ ਜੀ। ਸਾਡਾ ਦੇਸ਼ ਜਿਹੜਾ ਉਹ ਬੇਸ਼ੱਕ ਸੰਵਿਧਾਨਕ ਤੌਰ ਤੇ ਤਾਂ ਇੱਕ ਸੈਕੂਲਰ ਕੰਟਰੀ ਹੈ ਬਿਲਕੁਲ, ਪਰੰਤੂ ਇਹ ਚੱਲਦਾ ਸਾਰਾ ਕੁਛ ਤੇ ਧਰਮ ਦੇ ਆਧਾਰ ਤੇ ਹੀ ਹੈ ਬਿਲਕੁਲ ਬਿਲਕੁਲ। ਤੋਂ ਇਸ ਕਰਕੇ ਜਿਹੜਾ ਮੈਂ ਬਹੁਤ ਸਾਰੀਆਂ ਵਿਵਸਥਾਵਾਂ ਸਾਡੇ ਦੇਸ਼ ਵਿੱਚ ਚੱਲਦੀਆਂ ਆ, ਸਿੱਖਇਜ਼ਮ ਚੱਲਦਾ, ਮੁਸਲਿਮ ਚੱਲਦੇ ਜਾਂ ਹਿੰਦੂਇਜ਼ਮ ਚੱਲਦਾ, ਹੋਰ ਧਰਮ ਬਹੁਤ ਸਾਰੇ ਸਾਡੇ ਦੇਸ਼ ਵਿੱਚ ਚੱਲਦੇ ਆ। ਲੇਕਿਨ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰੂੰਗਾ ਇਹ ਕਰੂੰਗਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਐਂਗਲ ਜੀ, ਕਿਉਂਕਿ ਤੁਸੀਂ ਮਤਲਬ ਤੁਹਾਡੇ ਸਵਾਲ ਤੋਂ ਮੈਨੂੰ ਇਦਾਂ ਲੱਗਾ ਕਿ ਤੁਸੀਂ ਪੰਜਾਬ ਦੀ ਜਿਹੜੀ ਅਨੁਸੂਚਿਤ ਜਾਤੀ ਹੈ ਬਿਲਕੁਲ ਉਹਨੂੰ ਜਿਹੜਾ ਤੁਸੀਂ ਕੀ ਧਰਮ ਲਿਖਾਉਣਾ ਚਾਹੁੰਦੇ ਤੁਹਾਡਾ ਉਹ ਸਵਾਲ ਬਿਲਕੁਲ। ਤੋਂ ਮੈਂ ਜਿਹੜਾ ਕਿਉਂਕਿ ਜਿਹੜਾ ਸਾਡਾ ਅਨੁਸੂਚਿਤ ਜਾਤੀ ਸਮਾਜ ਆ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਉਹ ਦੇਣ ਨੂੰ ਭੁਲਾ ਨਹੀਂ ਸਕਦਾ, ਤੋ ਜਿਹੜਾ ਸਾਡੇ ਘਰ ਦੇ ਵਿੱਚ ਸਾਰਾ ਕਾਰ ਵਿਹਾਰ ਆ ਉਹ ਸਾਰਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਲਿਖਤਾਂ ਦੇ ਮੁਤਾਬਕ ਹੀ ਹੋਣਾ ਚਾਹੀਦਾ ਆ। ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਮੇਰਾ ਜਨਮ ਹਿੰਦੂ ਦੇ ਤੌਰ ਤੇ ਹੋਇਆ, ਮੇਰੇ ਵੱਸ ਦੀ ਗੱਲ ਨਹੀਂ ਬਿਲਕੁਲ, ਪਰ ਮੈਂ ਹਿੰਦੂ ਰਹਿ ਕੇ ਮਰਨਾ ਨਹੀਂ ਹੈ, ਇਹ ਮੇਰੇ ਵੱਸ ਦੀ ਗੱਲ ਹੈ ਜੀ। ਤਾਂ ਉਹਨਾਂ ਨੇ ਜਿਹੜਾ ਆ ਧਰਮ ਜਿਹੜਾ ਬੁੱਧ ਧਰਮ ਬਣਾਇਆ, ਬੁੱਧ ਧਰਮ ਬਣਾਉਣ ਤੋਂ ਪਹਿਲਾਂ ਉਹਨਾਂ ਨੇ ਬਹੁਤ ਸਾਰੇ ਧਰਮਾਂ ਦੀ ਗਹਿਨ ਅਧਿਐਨ ਕੀਤਾ, ਮਤਲਬ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਗਹਿਨ ਅਧਿਐਨ ਕੀਤਾ। ਔਰ ਉਹਨਾਂ ਨੇ ਕਿਹਾ ਕਿ ਜਿਹੜੇ ਅਨੁਸੂਚਿਤ ਜਾਤੀ ਲੋਕ ਆ ਇਹ ਪੁਰਾਣੇ ਬੋਧੀ ਆ, ਇਸ ਦੇਸ਼ ਦੇ ਪੁਰਾਣੇ ਬੁੱਧਿਸਟ ਲੋਕ ਆ ਜੀ। ਤੇ ਇਸ ਕਰਕੇ ਜਿਹੜਾ ਆ ਜੇਕਰ ਵੈਸੇ ਤਾਂ ਨਾਸਤਿਕਤਾ ਬਹੁਤ ਵੱਡੀ ਗੱਲ ਹੈ, ਧਰਮ ਦਾ ਮੰਨਣਾ ਹੀ ਚਾਹੀਦਾ ਬਿਲਕੁਲ, ਲੇਕਿਨ ਜਦੋਂ ਫਿਰ ਜਿਹੜੇ ਧਰਮ ਦੇ ਕਾਰੋਬਾਰ ਸਾਡੇ ਘਰਾਂ ਦੇ ਵਿੱਚ ਹੁੰਦੇ ਆ, ਤੇ ਜੇਕਰ ਤੁਸੀਂ ਬਾਬਾ ਸਾਹਿਬ ਡਾਕਟਰ ਨੂੰ ਗੇਟ ਕਰਦੇ ਲਿਆਈ ਆ, ਤਾਂ ਤੁਹਾਨੂੰ ਜਿਹੜਾ ਧਰਮ ਬੁੱਧ ਲਿਖਾਉਣਾ ਚਾਹੀਦਾ। ਰਹੀ ਗੱਲ ਸਾਡੇ ਪੰਜਾਬ ਦੇ ਸੰਤ ਸਮਾਜ ਦੀ, ਤੋਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜਾ ਧਰਮ ਆ ਨਾ ਇਹ ਕੋਈ ਐਵੇਂ ਖਿਡਾਉਣਾ ਨਹੀਂ ਆ ਬਿਲਕੁਲ, ਵੀ ਇਹਨੂੰ ਹਰ ਬੰਦਾ ਆਪਣੇ ਐਂਗਲ ਦੇ ਨਾਲ ਲੈ ਲਵੇ, ਆਪਣੀ ਸੋਚ ਦੇ ਮੁਤਾਬਕ ਲੈ ਲਵੇ, ਧਰਮ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ। ਤੋ ਜਿਹੜਾ ਧਰਮ ਆ ਉਹ ਹਮੇਸ਼ਾ ਇਨਸਾਨ ਨੂੰ ਜੋੜਨ ਵਾਲਾ ਹੋਣਾ ਚਾਹੀਦਾ, ਨਾ ਕਿ ਤੋੜਨ ਵਾਲਾ। ਤੋ ਅੱਜ ਜਿਹੜੇ ਪੰਜਾਬ ਵਿੱਚ ਹਾਲਾਤ ਇਹ ਬਣੇ ਆ ਕਿ ਕੋਈ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆ ਡੇਰਾ ਦੇ ਸੰਤ ਜਿਹੜੇ ਆ ਉਹ ਕਹਿ ਰਹੇ ਕਿ ਰਵਦਾਸੀਆ ਧਰਮ ਅਪਣਾਓ, ਲਿਖਵਾਓ ਆਪਣੀ ਜਨਗਣਨਾ ਦੇ ਵਿੱਚ, ਕੁਝ ਕਹਿ ਰਹੇ ਆ ਆ ਧਰਮ, ਆ ਧਰਮ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਆ ਉਹ ਬਾਬੂ ਮੰਗੂ ਰਾਮ ਜੀ ਨੇ ਇਸ ਪੰਜਾਬ ਵਿੱਚ ਚਲਾਇਆ ਸੀ ਕਿਸੇ ਟਾਈਮ, ਉਹ ਧਰਮ ਰਿਹਾ, ਲੇਕਿਨ ਅੱਜ ਦੇ ਸਮੇਂ ਦੇ ਵਿੱਚ ਉਹ ਜਾਤੀ ਬਣ ਕੇ ਰਹਿ ਗਿਆ ਬਿਲਕੁਲ। ਜੇ ਤੁਸੀਂ ਅਨੁਸੂਚਿਤ ਜਾਤੀ ਜਿਹੜਾ ਆ ਉਹ ਆਪਣੀ 35 ਚਾਲਾ ਜਿਹੜੀ ਜਾਤਾਂ ਅਨੁਸੂਚਿਤ ਜਾਤੀਆਂ ਉਹਦੇ ਵਿੱਚ ਦੇਖੋਗੇ ਤਾਂ ਆ ਧਰਮ ਇੱਕ ਜਾਤ ਬਣ ਕੇ ਰਹਿ ਗਿਆ। ਤੋ ਜਿਹੜਾ ਆ ਰਵਦਾਸੀਆ ਧਰਮ ਜਿਹੜਾ ਆ, ਮੈਂ ਇਹ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਧਰਮ ਦੇ ਨਾਲੋਂ ਜੋ ਸਾਡੀ ਸੰਵਿਧਾਨਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਵਿਵਸਥਾ ਕੀਤੀ ਹੈ ਬਿਲਕੁਲ, ਉਹਦੇ ਵਿੱਚ ਜਿਹੜਾ ਆ ਸਾਨੂੰ ਸ਼ਡਿਊਲ ਕਾਸਟ ਦਾ ਦਰਜਾ ਹੈ ਜੀ, ਜੋ ਦੇਸ਼ ਦੇ ਵਿੱਚ ਤਕਰੀਬਨ 1600-1700 ਜਿਹੜੀਆਂ ਅਨੁਸੂਚਿਤ ਜਾਤੀ ਦੀਆਂ ਜਾਤਾਂ ਕਿਹਨਾਂ ਦਾ ਸ਼ਡਿਊਲ ਤਿਆਰ ਕੀਤਾ ਗਿਆ ਹੈ ਜੀ। ਔਰ ਜਿਹੜਾ ਹਿੰਦੂ ਕਲਚਰ ਆ, ਜਿਹੜਾ ਹਿੰਦੂ ਲਿਟਰੇਚਰ ਆ, ਉਹਨਾਂ ਦਾ ਧਾਰਮਿਕ ਲਿਟਰੇਚਰ ਆ, ਉਹ ਵੀ ਸਾਨੂੰ ਜਿਹੜਾ ਆ ਉਹ ਆਪਣੇ ਹਿੰਦੂ ਵਿਵਸਥਾ ਦੇ ਵਿੱਚੋਂ ਬਾਹਰ ਹੀ ਮੰਨਦਾ ਹੈ। ਤੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਪੂਨਾ ਪਿੰਡ ਦੇ ਵਿੱਚ ਗੋਲਮੇਜ ਕਾਨਫਰੰਸਾਂ ਦੇ ਵਿੱਚ ਇਹ ਡੰਕ ਦੀ ਚੋਟ ਤੇ ਸਿੱਧ ਕਰ ਦਿੱਤਾ ਕਿ ਜਿਹੜੇ ਅਨੁਸੂਚਿਤ ਜਾਤੀ ਲੋਕ ਆ ਇਹ ਹਿੰਦੂ ਨਹੀਂ ਆ, ਹਿੰਦੂ ਨਹੀਂ ਆ ਤਾਂ ਇਹਨਾਂ ਨੂੰ ਸ਼ਡਿਊਲ ਕਾਸਟ ਕਰਕੇ ਅੰਗਰੇਜ਼ਾਂ ਨੇ ਨਾਂ ਦਿੱਤਾ ਕਮਿਊਨਲ ਵਾਰਡ ਦੇ ਵਿੱਚ, ਔਰ ਉਸ ਤੋਂ ਬਾਅਦ ਸਾਡੇ ਸੰਵਿਧਾਨ ਦੇ ਵਿੱਚ ਵੀ ਆਇਆ। ਤੋ ਜਿਹੜੀ ਸਾਡੇ ਲੋਕਾਂ ਨੂੰ ਆਪਾਂ ਓਬੀਅਸ ਆ ਕਿ ਸਾਡੇ
ਜਾਂ ਕੋਈ ਸਰਕਾਰੀ ਸਕੀਮਾਂ ਵਿੱਚ ਥੋੜ੍ਹੀ ਬਹੁਤ ਰਿਆਇਤ ਮਿਲਦੀ ਆ ਤਾਂ ਉਹ ਸਾਡੀ ਸ਼ਡਿਊਲਡ ਕਾਸਟ ਜਿਹੜੀ ਸਾਡੀ ਜਿਹੜੀ ਪਛਾਣ ਹੈ ਉਹਦੇ ਕਰਕੇ ਮਿਲਦੀ ਹੈ ਜੀ। ਤੋ ਮੇਰਾ ਤਾਂ ਆਮ ਲੋਕਾਂ ਨੂੰ ਜੋ ਵੀ ਤੁਹਾਡੇ ਚੈਨਲ ਨੂੰ ਦੇਖਦੇ ਹੋਣਗੇ ਮੇਰਾ ਤਾਂ ਉਹਨਾਂ ਨੂੰ ਇਹੀ ਸੁਝਾਅ ਆ ਵੀ ਤੁਸੀਂ ਐਵੇਂ ਕਿਸੇ ਦੇ ਇਮੋਸ਼ਨਲੀ ਸੋਸ਼ਲੀ ਪ੍ਰਚਾਰ ਦੇ ਵਿੱਚ ਨਹੀਂ ਆਉਣਾ, ਤੁਸੀਂ ਜਿਹੜਾ ਆ ਧਰਮ ਉਸ ਗੱਲ ਨੂੰ ਲੈ ਕੇ ਅਪਣਾਉਣਾ ਆ ਕਿ ਜਿਹੜਾ ਤੁਹਾਡੀ ਸ਼ਡਿਊਲ ਕਾਸਟ ਦੀ ਪਛਾਣ ਨੂੰ ਬਣਾ ਕੇ ਰੱਖੇ। ਹੁਣ ਇਹ ਜਿਹੜਾ ਇਸ਼ੂ ਆ ਇਹ ਨਾਸਤਕ ਜੀ ਬਹੁਤ ਵੱਡਾ ਇਸ਼ੂ ਆ ਜੀ, ਇਹ ਕੋਈ ਮਾੜਾ ਮੋਟਾ ਇਸ਼ੂ ਨਹੀਂ ਆ ਕਿ ਜਦੋਂ ਅਸੀਂ ਬੁੱਧ ਧਰਮ ਦੀ ਗੱਲ ਕਰਦੇ ਹਾਂ ਵੀ ਸਾਨੂੰ ਬੁੱਧ ਧਰਮ ਅਪਣਾਉਣਾ ਚਾਹੀਦਾ ਹੈ ਤੇ ਉਦੋਂ ਜਿਹੜਾ ਜਿਹੜਾ ਬੁੱਧ ਧਰਮ ਹੈ ਜਿਹੜਾ ਬੁੱਧਾਂ ਨੇ ਸ਼ੁਰੂ ਕੀਤਾ ਸੀ ਜੀ, ਤਾਂ ਉਹਦੇ ਵਿੱਚ ਤਾਂ ਕਾਸਟਿਜ਼ਮ ਹੈ ਹੀ ਨਹੀਂ। ਬਿਲਕੁਲ। ਹੁਣ ਜੇਕਰ ਅਸੀਂ ਆਪਣੀ ਸ਼ਡਿਊਲ ਕਾਸਟ ਦੀ ਪਛਾਣ ਨਹੀਂ ਬਣਾਈ ਰੱਖਦੇ ਤੇ ਨਾਲ ਅਸੀਂ ਬੋਧੀ ਵੀ ਰੱਖਦੇ ਹਾਂ ਤਾਂ ਉਹ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੁੱਧ ਧਰਮ ਦੇ ਨਾਲ ਵੀ ਸਾਡਾ ਨਿਆਂ ਨਹੀਂ ਹੋਣਾ, ਪਰੰਤੂ ਸਾਡੀ ਮਜਬੂਰੀ ਹੈ, ਇਹ ਬਹੁਤ ਵੱਡੀ ਸਾਡੀ ਮਜਬੂਰੀ ਆ ਕਿ ਸਾਨੂੰ ਜਿਹੜਾ ਆ ਆਪਣੇ ਪੁਰਖਿਆਂ ਦੇ ਸੁਪਨੇ ਵੀ ਸੱਚ ਕਰਨੇ ਪੈਣੇ ਆ ਔਰ ਜਿੰਨਾ ਚਿਰ ਅਸੀਂ ਆਪਣੇ ਪੈਰਾਂ ਦੇ ਨਹੀਂ ਚੰਗੀ ਤਰ੍ਹਾਂ ਖਲੋਂਦੇ ਉਹਨਾਂ ਚਿਰ ਸਾਨੂੰ ਆਪਣੀ ਸ਼ਡਿਊਲ ਕਾਸਟ ਦੀ ਜਿਹੜੀ ਪਹਿਚਾਣ ਬਣਾ ਕੇ ਉਹ ਆਪਣੇ ਸੰਵਿਧਾਨਕ ਹੱਕ ਵੀ ਜਿਹੜੇ ਆ ਉਹ ਲੈਂਦੇ ਰਹਿਣਾ ਪਊਗਾ। ਬਾਕੀ ਨਾਲ ਹੀ ਇਹ ਗੱਲ ਹੈ ਕਿ ਜਦੋਂ ਹੁਣ ਪ੍ਰਚਾਰ ਕਰਦੇ ਆ ਜਿਹੜੀ ਵੀ ਸੰਸਥਾਵਾਂ ਪ੍ਰਚਾਰ ਕਰਦੀਆਂ ਵੀ ਇਹ ਲਿਖਾਓ ਜਾਂ ਉਹ ਲਿਖਾਓ, ਉਹਨਾਂ ਉਹ ਇੱਕ ਨਾ ਮੈਨੂੰ ਆਪਣੇ ਤੌਰ ਤੇ ਲੱਗਦਾ ਕਿ ਉਹ ਇੱਕ ਪ੍ਰੋਪੋਗੰਡਾ ਜਿਹਾ ਉਹਨੇ ਕਰਤਾ ਵੀ ਤੁਸੀਂ ਜੇ ਕੁਛ ਨਹੀਂ ਲਿਖਾਉਣਾ ਤਾਂ ਅਦ ਸੋਰੀ ਜੇ ਤੁਸੀਂ ਨਹੀਂ ਲਿਖਾਉਣਾ ਜੇ ਆਪਾਂ ਨੂੰ ਕਾਲਮ ਨਹੀਂ ਮਿਲਦਾ ਤੁਸੀਂ ਅਦਰ ਚ ਲਿਖਾ ਦਿਓ, ਅਦਰ ਚ ਆਪਾਂ ਨੂੰ ਕੀ ਫਾਇਦਾ ਹੋਣਾ। ਅਸਲ ਦੇ ਵਿੱਚ ਇੱਦਾਂ ਜੀ ਗੱਲ ਤਾਂ ਉਹੀ ਆ ਨਾ ਵੀ ਜਿਹੜਾ ਅਦਰਸ ਦੇ ਵਿੱਚ ਵੀ ਜੇ ਲਿਖਾਉਂਗੇ ਨਾ ਉਹ ਅਦਰ ਦੇ ਵਿੱਚ ਹੀ ਰਹਿ ਜਾਣਾ। ਬਿਲਕੁਲ। ਤੋ ਪਿਛਲੇ ਸਾਲ ਮੇਰੇ ਕੋਲ ਥੋੜ੍ਹਾ ਡਾਟਾ ਆ, ਅਨਕਨਫਰਮ ਡਾਟਾ ਆ ਕਿ ਪਿਛਲੇ ਸਾਲ ਜੋ ਜਨਗਣਨਾ ਹੋਈ ਸੀ 2011 ਦੇ ਵਿੱਚ ਤਾਂ ਉਹਦੇ ਵਿੱਚ ਤਕਰੀਬਨ 10,000 ਬੰਦਿਆਂ ਨੇ ਅਦਰਸ ਲਿਖਾਇਆ ਸੀ ਜੀ। ਹੁਣ ਜੇ ਤੁਸੀਂ ਅਦਰਸ ਲਿਖਵਾਉਂਦੇ ਮੰਨ ਲਓ ਤਾਂ ਕਈ ਲੋਕ ਉਹ ਜਿਹੜੇ ਆਪਣੇ ਜਿੱਦਾਂ ਰਵਿਦਾਸੀਏ ਧਰਮ ਲਿਖਾਉਣਗੇ ਜਾਂ ਆਪ ਧਰਮ ਲਿਖਵਾਉਣਗੇ ਤਾਂ ਕਈ ਲੋਕ ਜਿਹੜੇ ਇਸ ਤੋਂ ਵੀ ਅੱਗੇ ਚਲੇ ਜਾਂਦੇ ਆ, ਕਈ ਰਾਧਾ ਸਵਾਮੀ ਧਰਮ ਵੀ ਲਿਖਾਉਂਦੇ ਆ, ਕਈ ਨਿਰੰਕਾਰੀ ਧਰਮ ਵੀ ਲਿਖਾਉਂਦੇ ਆ ਔਰ ਇੱਥੋਂ ਵੱਡੀ ਤਕੜੀ ਬਣਾ ਹੋਰ ਕੀ ਆ, ਕਈ ਲੋਕ ਆਪਣੀ ਜਾਤੀ ਨੂੰ ਧਰਮ ਮੰਨ ਕੇ ਚੱਲਦੇ ਆ, ਆਪਣੀ ਜਾਤ ਨੂੰ ਵੀ ਧਰਮ ਦੇ ਖਾਨੇ 'ਚ ਲਗਵਾਉਂਦੇ ਆ, ਜਿੱਦਾਂ ਸਾਡੇ ਵਾਲਮੀਕ ਭਰਾ ਉਹ ਵਾਲਮੀਕ ਧਰਮ ਲਿਖਾ ਦੇਣਗੇ ਜਾਂ ਕੋਈ ਹੋਰ ਧਰਮ ਲਿਖਾ ਦੇਣਗੇ। ਤੋ ਇਸ ਕਰਕੇ ਜਿਹੜੇ ਧਰਮ ਆ ਜਿਹੜੇ ਸਾਡੇ ਆਪਣੇ ਉਸ ਕੋਲਮ ਦੇ ਵਿੱਚ ਸਿੱਧ ਕਰਦੇ ਆ, ਗੱਲ ਉੱਥੇ ਜਾਂਦੀ ਆ ਕਿ ਜਿਹੜੇ ਕੋਲਮ ਜਿਹੜੇ ਰਜਿਸਟਰਡ ਧਰਮ ਆ 6 ਉਹਨਾਂ ਦੇ ਵਿੱਚ ਤਿੰਨਾਂ ਧਰਮਾਂ ਦੇ ਵਿੱਚ ਅਨੁਸੂਚਿਤ ਜਾਤੀ ਆ। ਬਿਲਕੁਲ। ਜਿਹੜਾ ਇੱਕ ਸਿੱਖ ਆ, ਇੱਕ ਹਿੰਦੂ ਧਰਮ ਹੈ, ਇੱਕ ਬੋਧੀ ਹੈ, ਇੱਕ ਬੋਧੀ, ਇਹਨਾਂ ਦੇ ਵਿੱਚ ਅਨੁਸੂਚਿਤ ਜਾਤੀ ਪਛਾਣ ਤੁਹਾਡੀ ਬਣੀ ਰਹਿੰਦੀ ਬਣੀ ਰਹਿੰਦੀ ਹੈ। ਤੇ ਜਿਹੜੇ ਜੇ ਤੁਸੀਂ ਇਸ ਤੋਂ ਇਲਾਵਾ ਧਰਮ ਕ੍ਰਿਸਚਨ ਧਰਮ ਅਪਣਾਉਂਦੇ ਆ ਤਾਂ ਪੰਜਾਬ ਦੇ ਵਿੱਚ ਕ੍ਰਿਸਚਨ ਜਿਹੜਾ ਉਹ ਵੀ ਸੀ ਹੈ। ਬਿਲਕੁਲ। ਉਹਦੇ ਕੋਲ ਐਸੀ ਜਿਹੜਾ ਉਹ ਦਰਜਾ ਖੁਸ਼ ਨਹੀਂ ਰਹਿੰਦਾ, ਤੇ ਜੇ ਤੁਸੀਂ ਮੁਸਲਮਾਨ ਧਰਮ ਲਿਖਾਉਂਦੇ ਉਹਦੇ ਵਿੱਚ ਵੀ ਅਨੁਸੂਚਿਤ ਜਾਤੀ ਨਹੀਂ ਹੈ। ਜੇ ਤੁਸੀਂ ਅਦਰ ਲਿਖਵਾਉਂਦੇ ਆ ਤਾਂ ਅਦਰ ਦੇ ਵਿੱਚ ਹਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਉਹਦੇ ਵਿੱਚ ਤੁਹਾਡੀ ਅਨੁਸੂਚਿਤ ਜਾਤੀ ਪਛਾਣ ਉਹ ਮੰਨੂਗੀ ਜਾਂ ਨਹੀਂ ਮੰਨੂਗੀ। ਇਹ ਬਹੁਤ ਵੱਡੀ ਗੱਲ ਹੈ ਕਿ ਜੇ ਕੱਲ ਨੂੰ ਰਵਿਦਾਸੀਆ ਧਰਮ ਧਰਮ ਦੇ ਤੌਰ ਤੇ ਕਾਲਮ ਆ ਜਾਂਦਾ ਤੇ ਜਾਂ ਫਿਰ ਆਪ ਧਰਮ ਵੀ ਧਰਮ ਦੇ ਕਾਲਮ ਵਿੱਚ ਆ ਜਾਂਦਾ ਤੇ ਮੇਰਾ ਨਿੱਜੀ ਵਿਚਾਰ ਆ ਵੀ ਮੈਨੂੰ ਜੇ ਲੋਕੀ ਰਵਿਦਾਸੀਆ ਜਾਂ ਆਪ ਧਰਮ ਲਿਖਵਾਉਣਗੇ ਤਾਂ ਮੈਨੂੰ ਕੋਈ ਉਹਦੇ ਵਿੱਚ ਪੇੜ ਪੀੜ ਨਹੀਂ ਆਵੇ। ਗੱਲ ਇਹ ਆ ਵੀ ਜੋ ਤੁਹਾਡੇ ਸੰਵਿਧਾਨਕ ਹੱਕ ਆ ਉਹ ਤੁਹਾਡੇ ਸ਼ਡਿਊਲ ਕਾਸਟ ਜਿਹੜੀ ਆ ਪਛਾਣ ਦੇ ਕਰਕੇ ਆ। ਤੁਹਾਨੂੰ ਲੱਗਦਾ ਕਿ ਸਰਕਾਰ ਦਾ ਗੌਰਮੈਂਟਾਂ ਦਾ ਕਿਸੇ ਨੂੰ ਥਾਲੀ 'ਚ ਪਰੋਸ ਕੇ ਦੇਣੀ ਕੋਈ ਚੀਜ਼ ਸੰਭਵ ਆ? ਪਹਿਲਾਂ ਲੰਗਾਇਤ ਵੀ ਬੈਠੇ ਆ, ਮੈਂ ਬਹੁਤ ਗੁੰਝਲਦਾਰ ਇਸ਼ੂ ਆ, ਮੰਨ ਲਓ ਕੰਟਰੀ ਸਾਡੀ ਸੈਕੂਲਰ ਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜਾ ਆ ਉਹ ਧਰਮ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਆ ਤੇ ਧਰਮ ਹੈ ਵੀ ਪਰਸਨਲ ਇਸ਼ੂ ਆ। ਬਾਬਾ ਸਾਹਿਬ ਜਿਹੜੇ ਕਹਿੰਦੇ ਉਹਦਾ ਧਰਮ ਤੋਂ ਬਿਨਾਂ ਮੇਰੇ ਲੋਕਾਂ ਦਾ ਗੁਜ਼ਾਰਾ ਹੀ ਨਹੀਂ, ਵੀ ਜਦੋਂ ਮੇਰੇ ਸਮਾਜ ਦੇ ਸਾਰੇ ਜਿਹੜੇ ਉਹ ਆਪਣੇ ਜਿਹੜੇ ਉਹਦੇ ਸਹਾਰੇ ਟੁੱਟ ਜਾਂਦੇ ਆ ਤਾਂ ਉਹ ਧਰਮ ਦਾ ਸਹਾਰਾ ਲੈ ਕੇ ਆਪਣਾ ਬੁਰਾ ਵਕਤ ਕੱਢਦਾ ਆ ਤੇ ਨਾਲੇ ਨਾਲ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਧਰਮ ਤੁਹਾਡਾ ਹੋਣਾ ਚਾਹੀਦਾ ਉਹ ਤੁਹਾਡੇ ਸਵੈ ਮਨ ਦੀ ਰਾਖੀ ਕਰਦਾ ਹੋਣਾ ਚਾਹੀਦਾ, ਉਹ ਤੁਹਾਨੂੰ ਚੌਥਾ ਪੋਡਾ ਪੰਜਵਾਂ ਪੋਡਾ ਜਿਹੜਾ ਏਦਾਂ ਨਹੀਂ ਹੋਣਾ ਚਾਹੀਦਾ। ਮਤਲਬ ਹਿੰਦੂ ਧਰਮ ਦਾ ਇਹਦੇ ਵਿੱਚੋਂ ਸਿੱਧਾ ਹੀ ਬਾਹਰ ਹੋ ਜਾਂਦਾ ਨਾ, ਸਿੱਧਾ ਹੀ ਬਾਹਰ, ਇਹ ਜਿਹੜਾ ਸਾਨੂੰ ਚੌਥੇ ਪੋਡੇ ਤੋਂ ਬਾਹਰ ਰੱਖਦਾ ਆ ਬਿਲਕੁਲ, ਜਾਣ ਮਤਲਬ ਅਨਟੱਚੇਬਲ, ਮਤਲਬ ਛੂਤ ਦਰਜਾ ਵੀ ਦਿੱਤਾ ਆ ਬਿਲਕੁਲ, ਮਤਲਬ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਤੇ ਮਤਲਬ ਇਹ ਤਾਂ ਲੋਕਾਂ ਨੂੰ ਖਾਸ ਕਰਕੇ ਜਿਹੜੇ ਸਾਡੇ ਅਨੁਸੂਚਿਤ ਜਾਤੀ ਲੋਕ ਆ ਉਹਨਾਂ ਨੂੰ ਇਹ ਚਾਹੀਦਾ ਆ ਵੀ ਉਹ ਬਿਨਾਂ ਸ਼ੱਕ ਬਿਨਾਂ ਸੋਚੇ ਸਮਝੇ ਆਪਣਾ ਧਰਮ ਬੁੱਧ ਲਿਖਾਣ ਔਰ ਜੇ ਮਤਲਬ ਕਿ ਸਤਿਗੁਰ ਦਾਸ ਜੀ ਮਹਾਰਾਜ ਦੇ ਨਾਲ ਕਿਸੇ ਦੀ ਅਟੈਚਮੈਂਟ ਆ, ਸਾਡਾ ਪਿੰਡ ਗੁਰਦਾਸ ਜੀ ਚਰਨ ਛੋਹ ਪ੍ਰਾਪਤ ਧਰਤੀ ਆ, ਬਿਲਕੁਲ ਸਾਡੇ ਲਈ ਬੁੱਧਾ ਬਾਅਦ ਚ ਪਹਿਲੇ ਗੁਰਦਾਸ ਜੀ ਆ, ਅਸੀਂ ਕਹਿੰਦੇ ਸਾਡੇ ਬਾਪ ਬਾਬਾ ਜੀ ਬੁੱਧ ਆ। ਹਾਂ ਮੈਂ ਉਹੀ ਗੱਲ ਕਹਿਣਾ ਤੁਹਾਨੂੰ ਕਿ ਸਾਡੇ ਘਰ ਦੇ ਵਿੱਚ ਬੁੱਧਾ ਜਯੰਤੀ ਮਨਾ ਹੋਵੇ ਨਾ ਹੋਵੇ ਲੇਕਿਨ ਗੁਰਦਾਸ ਜਯੰਤੀ ਬੁੱਧ ਮਨਾ ਰਹੇ, ਬਿਲਕੁਲ ਮੈਂ ਧਰਮ ਦੇ ਵਿੱਚ ਮੇਰੇ ਘਰ ਦੇ ਬੁੱਧ ਲਿਖਾਉਂਦੇ ਆ। ਤੋ ਇਹ ਸ਼ੰਕੇ ਮਨ ਚੋਂ ਕੱਢਣੇ ਪੈਣੇ ਆ ਕਿ ਜੇ ਅਸੀਂ ਬੁੱਧ ਬਣ ਕੇ ਤਾਂ ਅਸੀਂ ਗੁਰਦਾਸ ਨੂੰ ਭੁੱਲਾਂਗੇ, ਏਦਾਂ ਨਹੀਂ ਹੁੰਦਾ, ਬਾਪ ਬਾਪ ਹੁੰਦਾ ਦਾਦਾ ਦਾਦਾ ਹੁੰਦਾ। ਬਿਲਕੁਲ। ਤੋ ਗੁਰਦਾਸ ਜੀ ਜਿਹੜੇ ਉਹ 650-650 ਸਾਲ ਪਹਿਲਾਂ ਸਾਡੇ ਚ ਹੋਏ ਆ। ਬਿਲਕੁਲ। ਤੇ ਮੈਂ ਇੱਥੇ ਬੁੱਧੀ ਜਿਹੜੇ ਸਮਾਜ ਦੇ ਬੁੱਧੀ ਜੀ ਵੀ ਉਹਨਾਂ ਨੂੰ ਮੈਂ ਸਲਾਹ ਦੇਣੀ ਚਾਹੁੰਦਾ ਆ ਵੀ ਜੇ ਬੁੱਧ ਅੱਜ ਤੋਂ 2600 ਸਾਲ ਪਹਿਲਾਂ ਹੋਏ ਆ ਤਾਂ ਉਸ ਤੋਂ ਬਾਅਦ ਹੀ ਬੁੱਧ ਹੋਏ ਆ, ਉਸ ਤੋਂ ਬਾਅਦ ਹੀ ਬੁੱਧ ਹੋਏ ਆ, ਕੀ ਪਤਾ ਗੁਰਦਾਸ ਜੀ ਬੁੱਧ ਰੂਪੇ ਹੋਣ,
ਤੋ ਮੇਰੇ ਪਿਤਾ ਜੀ ਦਾ ਉਹ ਧਰਮ ਹੈ, ਮੇਰੇ ਮਾਤਾ ਜੀ ਦਾ ਉਹ ਧਰਮ ਹੈ, ਗੁਰਦਾਸ ਜੀ ਨੂੰ ਮੰਨਦੇ ਆ, ਪਰ ਜਦੋਂ ਇੱਕ ਧਰਮ ਦੀ ਗੱਲ ਆਉਂਦੀ ਹੈ ਤਾਂ ਮੈਂ ਉੱਥੇ ਆਪਣੇ ਰਹਿਬਰ ਨੂੰ ਕਹਿ ਦਊਂਗਾ ਮੇਰਾ ਧਰਮ ਬੁੱਧ ਹੋਊਗਾ, ਮੇਰੇ ਮੰਨਣ ਯੋਗ ਜਿਹੜੇ ਆ ਗੁਰੂ ਨਾਨਕ ਦੇਵ ਵੀ ਹੋ ਸਕਦੇ ਆ, ਗੁਰੂ ਗੋਬਿੰਦ ਸਿੰਘ ਵੀ ਹੋ ਸਕਦੇ ਆ, ਕਬੀਰ ਸਾਹਿਬ ਵੀ ਹੋ ਸਕਦੇ, ਗੁਰਦਾਸ ਵੀ ਹੋ ਸਕਦੇ ਆ, ਮੈਨੂੰ ਕੌਣ ਰੋਕਦਾ? ਹਾਂ ਜਾਤੀ ਤੋੜ ਜਿੰਨੇ ਵੀ ਮਾਨਵਤਾਵਾਦੀ ਮਹਾਂਪੁਰਸ਼ ਹੋਏ ਆ ਉਹ ਤੁਹਾਨੂੰ ਪਤਾ ਇੱਕ ਲੰਬੀ ਗੱਲ ਆ, ਤੇ ਮੈਂ ਉਹਨਾਂ ਦੀ ਮੇਰੇ ਘਰ 'ਚ ਸਤਿਕਾਰ ਹੋਊਗਾ ਤੇ ਮੈਨੂੰ ਕੋਈ ਨੀ ਰੋਕੂਗਾ ਵੀ ਆਪਣੇ ਗੁਰਦਾਸ ਨੂੰ ਸੁਣਾਉਣ। ਇੱਕ ਗੱਲ ਹੋ ਰਿਹਾ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਬੁੱਧੀਜੀਵੀ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਕਹਾਉਂਦੇ ਆ ਹਾਂਜੀ ਪਰ ਉਹਦਾ ਫਰਜ਼ ਨਹੀਂ ਅਦਾ ਕਰ ਰਹੇ? ਬੁੱਧੀਜੀਵੀ ਨੇ ਤਾਂ 6-5 ਸਾਲ ਤੱਕ ਕਿਸੇ ਦੀ ਸੌਰ ਪੋਈ ਆ, ਉਹਨਾਂ ਦਾ ਇਹੀ ਹਾਲ ਹੈ, ਜਾਣੀ ਕਿ ਇਹਨਾਂ ਜਿਹਨਾਂ ਨੂੰ ਸਮਾਜ ਨੂੰ ਅੱਗੇ ਜਾ ਕੇ ਸਮਾਜ ਵਿੱਚ ਜਾਣਾ ਚਾਹੀਦਾ, ਵਿਚਰਨਾ ਚਾਹੀਦਾ ਸੀ, ਸਹੀ ਸੇਧ ਦੇਣੀ ਚਾਹੀਦੀ ਸੀ, ਉਹਨਾਂ ਨੇ ਵੀ ਇਹ ਕੰਮ ਨਹੀਂ ਕੀਤਾ। ਬੁੱਧੀਜੀਵੀਆਂ ਨੇ ਆਪਣੇ ਆਪ ਨੂੰ ਅੰਬੇਡਕਰ ਹੀ ਕਹਾਉਂਦੇ, ਵੱਡੇ ਵੱਡੇ ਮੈਂ ਦੇਖੇ ਆ ਜਿਹੜੇ ਸੌਦੇਬਾਜ਼ੀਆਂ ਕਰਦੇ ਆ, ਜਾਂ ਬਾਬਾ ਸਾਹਿਬ ਨੂੰ ਦੇਖਤਾ, ਰਵਿਦਾਸ ਮਾਨ ਜੀ ਨੂੰ ਦੇਖੋ, ਉਹਨਾਂ ਦੇ ਨਾਂ ਤੇ ਦੁਕਾਨਾਂ ਵੀ ਆ। ਹਾਂਜੀ, ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਬੰਦਾ ਆਪਣੇ ਸਮਾਜ ਦੀ ਚਿੰਤਾ ਕਰਦਾ ਉਹ ਇਸ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰੂ। ਬਿਲਕੁਲ, ਸਾਡਾ ਸਮਾਜ ਤਾਂ ਪਹਿਲਾਂ ਹੀ ਜਾਤਾਂ ਵਿੱਚ ਜੁੜਿਆ, ਬਿਲਕੁਲ ਗੋਤਾਂ ਵਿੱਚ ਵੰਡਿਆ ਹੋਇਆ, ਤੇ ਹੁਣ ਜਾ ਕੇ ਤੁਸੀਂ ਤੁਸੀਂ ਬਹੁਤ ਵਧੀਆ ਕਹੀ ਆ। ਹਾਂਜੀ, ਇੱਕ ਬੰਦਾ ਹਨਾ ਤੇ ਅੰਬੇਡਕਰ ਹੀ ਹੁੰਦਾ ਹੋਇਆ ਵੀ ਆਪਣੇ ਨਾਂ ਦੇ ਮਗਰ ਆਪਣਾ ਗੋਤ ਲਾ ਰਹੇ। ਹਾਂਜੀ, ਕਈ ਲੋਕ ਇਹਨੂੰ ਜਿਹੜਾ ਆਪਣੇ ਜਸਟੀਫਾਈ ਕਰਦੇ ਆ, ਇਹ ਬੁੱਧਾ ਦੀ ਜੇਕਰ ਤੁਸੀਂ ਗੱਲ ਕਰੋ ਤਾਂ ਬੁੱਧਾ ਨੇ ਵੀ ਇਹ ਮਨਾ ਕੀਤਾ ਸੀ ਕਿ ਮੈਨੂੰ ਮੇਰੇ ਕੁਲ ਦੇ ਨਾਂ ਤੋਂ ਨਾਂ ਬੁਲਾਇਆ ਜਾਏ। ਉਹਨਾਂ ਦੇ ਨਾਂ ਦੇ ਪਿੱਛੇ ਗੌਤਮ ਲੱਗਦਾ ਸੀ, ਤਾਂ ਉਹਨਾਂ ਨੇ ਕਿਹਾ ਸੀ ਮੇਰਾ ਕੁਲ ਦਾ ਨਾਂ ਮੇਰੇ ਨਾਂ ਦੇ ਨਾਲ ਨਹੀਂ ਲੱਗਣਾ ਚਾਹੀਦਾ। ਤੋ ਇਹ ਤਾਂ ਲੋਕਾਂ ਨੂੰ ਚਾਹੁੰਦੇ ਜਿਹੜੇ ਗੋਤਰ ਲਾਉਂਦੇ ਨਾ, ਗੋਤਰ ਇੱਕ ਜਾਤੀ ਦਾ ਪਾਠ ਹੈ। ਬਿਲਕੁਲ ਬਿਲਕੁਲ। ਤੋ ਜਿਹੜੀ ਮੈਂ ਗੱਲ ਕਰ ਰਿਹਾ ਸੀ, ਜਿਹੜੇ ਬੁੱਧੀਜੀਵੀ ਆ ਉਹਨਾਂ ਦਾ ਫਰਜ਼ ਬਣਦਾ ਕਿ ਸਮਾਜ ਨੂੰ ਜੋੜਨ, ਉਹ ਮਹਾਂਪੁਰਸ਼ਾਂ ਦੇ ਵਿੱਚ ਵੰਡੀਆਂ ਨਾ ਪਾਉਣ। ਮੈਂ ਇੱਥੇ ਤੁਹਾਨੂੰ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸੰਤ ਰਾਮਾਨੰਦ ਹੁੰਦੇ ਸੀ, ਜਿਹੜੇ ਸਾਡੇ ਕੌਮ ਦੇ ਸ਼ਹੀਦ ਆ, ਉਹਨਾਂ ਨੇ ਵੀ ਬੱਲਾਂ ਦੇ ਵਿੱਚ ਇੱਕ ਜਿਹੜਾ ਸੈਮੀਨਾਰ ਕੀਤਾ ਸੀ, ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਬੁੱਧ, ਗੁਰੂ ਰਵਿਦਾਸ ਤੇ ਬਾਬਾ ਸਾਹਿਬ ਇੱਕੋ ਹੀ ਮਾਲਾ ਤੇ ਮਲ ਕੇ ਆ, ਇਹਨਾਂ ਵਿੱਚ ਫਰਕ ਨਾ ਪਾਓ, ਔਰ ਜਿਹੜਾ ਬੰਦਾ ਚਾਹੇ ਉਹ ਬੁੱਧਿਸਟ ਵਿਦਵਾਨ ਆ, ਚਾਹੇ ਉਹ ਰਵਿਦਾਸੀ ਆ ਸੰਤ ਆ, ਚਾਹੇ ਉਹ ਰਵਿਦਾਸੀ ਆ ਜਾਂ ਵਾਲਮੀਕਿ ਸਮਾਜ ਨਾਲ ਸੰਬੰਧਿਤ ਕੋਈ ਬੁੱਧੀਜੀਵੀ ਆ, ਜੇ ਉਹ ਤੁਹਾਨੂੰ ਇਹਨਾਂ ਸਾਰਿਆਂ ਨੂੰ ਅਲੱਗ ਅਲੱਗ ਕਰਕੇ ਇਹ ਦੱਸਦਾ ਨਾ, ਤਾਂ ਮੈਂ ਤਾਂ ਕਹਿੰਦਾ ਉਹਨੂੰ ਪਛਾਣੋ ਵੀ ਉਹ ਕਿੱਥੋਂ ਆਇਆ, ਉਹਦੀ ਜੜ ਕਿੱਥੇ ਆ, ਉਹ ਜੜ ਤੁਹਾਡੀ ਨਹੀਂ ਹੋਊਗੀ, ਉਹ ਜੜ ਤੁਹਾਡੇ ਦੁਸ਼ਮਣ ਦੀ ਹੋਊਗੀ। ਤੇ ਜਿਹੜੇ ਲੋਕ ਰਵਿਦਾਸੀ ਆ ਧਰਮ ਦੇ ਲਿਖਾਉਣ ਵਾਲੇ ਲੋਕਾਂ ਨੂੰ ਵੀ ਆਪਣੇ ਮੰਨਦੇ ਹੋਣ, ਆ ਧਰਮ ਇਹਨੂੰ ਆਪਣੇ ਲਿਖਾਉਣ ਵਾਲੇ ਮੰਨਦੇ ਹੋਣ, ਤੇ ਵਾਲਮੀਕਿ ਆਦਰਸ ਨੂੰ ਲਿਖਾਉਣ ਵਾਲੇ ਵੀ ਆਪਣੇ ਭਰਾ ਮੰਨਦੇ ਹੋਣ, ਉਹ ਅਸਲੀ ਅੰਬੇਡਕਰ ਹੀ ਆ। ਔਰ ਮੈਂ ਤਾਂ ਇੱਥੋਂ ਤੱਕ ਵੀ ਅੱਗੇ ਜਾਂਦਾ ਵੀ ਆਪਾਂ ਨੂੰ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਕਹਿੰਦੇ ਵੀ ਜਿਹੜਾ ਤੁਹਾਡੇ ਨਿਆਂ ਦੀ ਲੜਾਈ ਆ, ਤੁਹਾਡੀ ਜਿਹੜੀ ਬਰਾਬਰਤਾ ਦੀ ਲੜਾਈ ਆ, ਉਹ ਚੱਲਣੀ ਚਾਹੀਦੀ ਆ, ਲੇਕਿਨ ਤੁਹਾਡਾ ਜਿਹੜਾ ਦੇਸ਼ ਦਾ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ। ਜੇ ਅਸੀਂ ਆਪਣੇ ਹਿੰਦੂ ਧਰਮ ਵਿੱਚ ਵੀ ਆਪਣੀ ਜਿਹੜੀ ਆ ਸਾਡਾ ਜੋ ਸਟੇਟਸ ਉਹਦੀ ਗੱਲ ਕਰਦੇ ਹਾਂ, ਤਾਂ ਉਹ ਵੀ ਸਾਡੇ ਭਾਈਚਾਰੇ ਦੀ ਕੋਸਟ ਹੈ ਨਹੀਂ, ਹੁਣ ਜਿਹੜਾ ਕਿਤੇ ਦੰਗੇ ਨਾ ਹੋ ਜਾਣ ਦੇਸ਼ ਵਿੱਚ। ਬਿਲਕੁਲ, ਇੱਦਾਂ ਦੀ ਸਾਡੇ ਜਵਾਨੋਂ ਜਿਹੜੀ ਗੱਲ ਨਹੀਂ ਨਿਕਲਣੀ ਚਾਹੀਦੀ ਵੀ ਅਸੀਂ ਧਰਮ ਨੂੰ ਮੰਨੀਏ, ਧਰਮ ਤੁਹਾਡਾ ਪਰਸਨਲ ਇਸ਼ੂ, ਕੋਈ ਨਹੀਂ ਰੋਕੂਗਾ ਤੁਹਾਨੂੰ, ਤੇ ਮਤਲਬ ਜਿਹੜਾ ਇਹ ਤੁਸੀਂ ਅਪਣਾਓ, ਲੇਕਿਨ ਆਪਣੇ ਮਹਾਂਪੁਰਸ਼ਾਂ ਦੀ ਜਿਹੜਾ ਜਿਹਨਾਂ ਤੱਕ ਤੁਸੀਂ ਖਾਂਦੇ ਆ, ਉਹਨਾਂ ਨੂੰ ਤੁਸੀਂ ਆਪਣੇ ਨਿਗਾਹ 'ਚ ਕੋਰੀ ਜ਼ਰੂਰ ਰੱਖੋ। ਮਾਸਟਰ ਜੀ, ਦੁੱਖ ਉਦੋਂ ਹੁੰਦਾ ਜਦੋਂ ਸੁਰਜੀਤ ਪਾਤਰ ਨੇ ਕਿਹਾ ਸੀ ਕੁਝ ਕਿਹਾ ਤੇ ਹਨੇਰਾ ਚਲੇਗਾ, ਕਿੰਨੇ ਚੁੱਪ ਰਹੇ ਤੇ ਸ਼ਮਾਦਾਨ ਕੀ ਕਹਿਣਗੇ। ਮੈਂ ਇੱਥੇ ਇੱਕ ਸੱਚ ਗੱਲ ਸਾਫ਼ ਕਰਨਾ ਚਾਹੁੰਦਾ ਕਿ ਬਹੁਤ ਸਾਰੇ ਡੇਰੇ ਆ ਜੋ RSS ਦੀ ਬਜਾਈ ਹੋ ਧੁਨ ਤੇ ਚੱਲਦੇ, ਕੋਈ ਕਾਂਗਰਸ ਤੇ ਕਹਿ ਲਓ, ਕਾਂਗਰਸ ਵੀ ਐਂਡ RSS ਆ, ਚਲੋ ਕਿਸੇ ਪਾਰਟੀ ਦਾ ਕਹਿੰਦਾ, ਮਤਲਬ RSS ਦੀ ਧੁਨ ਤੇ ਚੱਲਦੇ, ਜਦ ਬਾਬਾ ਸਾਹਿਬ ਨੇ ਬਿਲਕੁਲ ਖਾਰਜ ਕੀਤਾ ਸੀ ਉਹੀ ਧੁਨ ਮੈਨੂੰ ਹੁਣ ਵੱਜਦੀ ਲੱਗਦੀ ਹੈ। ਅਸਲ ਜਿੱਦਾਂ ਜੀ ਦੇਖੋ, ਇਹ ਪੋਲੀਟੀਕਲ ਜਿਹੜਾ ਮੈਂ ਦੇ ਉੱਤੇ ਕੋਈ ਕਮੈਂਟ ਨਹੀਂ ਕਰਦਾ, ਠੀਕ ਹੈ ਨਾ। ਇਹ ਇੱਕ ਵਿਵਸਥਾ ਹੁੰਦੀ ਆ ਵੀ ਜਿਹੜਾ ਤੁਸੀਂ ਕੋਈ ਕਿਸੇ ਡੇਰੇ ਤੇ ਗੱਲ ਕਰਦੇ ਹੋ, ਉਹ ਡੇਰੇ ਦਾ ਸੰਚਾਲਕ ਕਿੱਦਾਂ ਦਾ, ਉਹਦੀ ਕਮੇਟੀ ਕਿੱਦਾਂ ਦਾ, ਇਹ ਤਾਂ ਉਹਦੇ ਕੰਮਾਂ ਦਾ ਪਤਾ ਲੱਗੂ ਨਾ। ਬਿਲਕੁਲ ਬਿਲਕੁਲ, ਵੀ ਉਹ ਕੰਮ ਕਿੱਦਾਂ ਦੇ ਕਰਦੇ ਆ। ਜੇ ਤਾਂ ਗੁਰੂ ਅਰਦਾਸ ਦੀ ਬਾਣੀ ਦੇ ਆਧਾਰ ਤੇ ਪ੍ਰਚਾਰ ਹੋ ਰਿਹਾ, ਜਿਹੜੀ ਉਹਨਾਂ ਦੀ ਬਾਣੀ ਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਚਾਹੇ ਉਹ ਬਾਹਰੀ ਬਾਣੀ ਆ, ਬਾਹਰੀ ਬਾਣੀ, ਉਹਦੇ ਵਿੱਚ ਜੋ ਸਮਾਜਵਾਦ ਦਾ ਸੁਨੇਹਾ ਜਿਹਦਾ ਉਹ ਬੰਦਾ ਦਿੱਤਾ ਜਾਂਦਾ, ਫਿਰ ਅਸੀਂ ਕਹਾਂਗੇ ਕਿ ਉਹ ਰਵਿਦਾਸੀ ਆ ਸੰਤ ਆ। ਜੇ ਗੁਰੂ ਰਵਿਦਾਸ ਦੀ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਨਹੀਂ ਕਦੀ ਆਪਣੇ ਜੀਵਨ ਦੇ ਵਿੱਚ, ਨਾ ਉਹਨਾਂ ਦੀ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ, ਨਾ ਉਹਨਾਂ ਦੀ ਕਹਾਣੀ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ, ਜੇ ਉਹਨਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਤਾਂ ਫਿਰ ਤਾਂ ਤੁਹਾਨੂੰ ਬੇਸ਼ੱਕ ਉੱਤੇ ਸ਼ੱਕ ਹੀ ਨਹੀਂ ਕੋਈ ਰਹਿ ਜਾਂਦਾ ਕਿ ਉਹ ਡੇਰਾ ਤੁਹਾਡਾ ਕਿ ਕਿਸੇ ਹੋਰ ਦਾ। ਮੱਛਾ ਜੀ, ਆਖਰੀ ਸਵਾਲ, ਹਾਂਜੀ, ਕਿ ਧਰਮਾਂ ਤੋਂ ਬਗੈਰ ਲੋਕਾਂ ਦਾ ਸਰ ਨਹੀਂ ਸਕਦਾ? ਬਿਲਕੁਲ ਸਰ ਸਕਦਾ ਹੈ, ਧਰਮ ਜਿਹੜਾ ਹੈ ਉਹ ਮਾਨਵਤਾ ਹੋਵੇ। ਤੇ ਇੱਦਾਂ ਹੁੰਦੀ ਨਾ, ਜਿੱਦਾਂ ਹੁਣ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਵੀ ਇਸ ਦੇਸ਼ ਦੇ ਵਿੱਚ, ਤੁਸੀਂ ਬਾਹਰਲੇ ਦੇਸ਼ਾਂ ਦੀ ਵਿਵਸਥਾ ਦੀ ਗੱਲ ਕਰੋ, ਰਸ਼ੀਆ ਦੀ ਗੱਲ ਕਰੋ, ਜਾਂ ਤੁਸੀਂ ਹੋਰ ਕਿਸੇ ਦੇਸ਼ ਦੀ ਗੱਲ ਕਰੋ, ਉਹਨਾਂ ਲੋਕਾਂ ਨੇ ਧਰਮ ਤੋਂ ਨਜਾਤ ਪਾ ਲਈ ਹੈ। ਤੁਸੀਂ ਇੱਦਾਂ ਦੀ ਕੰਟਰੀ ਦੇ ਵਿੱਚ ਜਿਹੜਾ ਬੰਦਾ ਸਵੇਰੇ ਉੱਠਦਾ, ਛਿੱਕਦਾ ਵੀ, ਸਵੇਰੇ ਉੱਠਦਾ ਵੀ, ਸੌਂਦਾ ਵੀ, ਮਰਨ ਲੱਗਾ ਵੀ, ਜਿਉਣ ਲੱਗਾ ਵੀ, ਕੁਝ ਕਰਨ ਲੱਗਾ ਵੀ, ਹਰ ਵੇਲੇ ਧਰਮ ਦਾ ਨਾਂ ਲੈਂਦਾ ਹੋਵੇ, ਉੱਥੇ ਧਰਮ ਨੂੰ ਤੁਸੀਂ ਮਿਨੀਮਾਈਜ਼ ਨਹੀਂ ਕਰ ਸਕਦੇ। ਮੈਂ ਤੁਹਾਨੂੰ ਸਹਿਮਤ ਹਾਂ ਕਿ ਕੋਈ ਸਮਾਜ ਦਾ ਆਊਗਾ ਕਿ ਜਿਹੜੀ ਜਿਹੜੀ ਧਰਮਾਂ ਤੋਂ ਰਹਿਤ ਜਿਹੜੀ ਆ ਉਹ
ਜਿਹੜਾ ਹੁਣ ਬੁੱਧ ਦਾ ਪਹਿਲਾ ਸਿਧਾਂਤ ਕੀ ਆ ਕਿ ਉਹ ਆਤਮਾ ਤੇ ਪਰਮਾਤਮਾ ਚ ਫਿਕਰ ਨਹੀਂ ਕਰਦੇ ਤੇ ਆਤਮਾ ਤੇ ਪਰਮਾਤਮਾ ਸਵਰਗ ਨਰਕ ਦਾ ਇਹ ਤਾਂ ਕਿਸੇ ਧਰਮ ਦੇ ਜਿਹੜੇ ਆ ਉਹ ਜ਼ਰੂਰੀ ਹਿੱਸੇ ਬਣਾ ਤੇ ਗਏ ਆ, ਮੈਨੂੰ ਤਾਂ ਸਰਦਾ ਹੀ ਨਹੀਂ ਗਿਆ ਇਹਨਾਂ ਜਿਹੜਾ ਹੁਣ ਜਨਗਣਨਾ ਹੋਣੀ ਆ, ਲੋਕਾਂ ਨੂੰ ਕੀ ਸਾਵਧਾਨੀਆਂ ਵਰਤਣ ਚਾਹੀਦੇ, ਬਹੁਤ ਸਾਰਾ ਹੁੰਦਾ ਵੀ ਕੱਚੀ ਤਿੰਨ ਸਾਲ ਦੇ ਚੱਕਰ ਦਾ ਕੁਝ ਵੀ ਆ, ਉਹ ਮੈਟਰ ਇਹਨਾਂ ਹੁਣ ਕੀ ਕਰਨਾ ਕੀ ਚਾਹੀਦਾ ਅਗਲੇ ਕਦਮ ਕੀ ਆ ਆਖਰੀ ਕਦਮ। ਹੁਣ ਇਹ ਵੀ ਮੈਂ ਕਈ ਗਲਤ ਗੱਲ ਸੁਣੀ ਆ ਕਿ ਜਿਹੜੇ ਉਹ ਕੱਚੀ ਪੈਨਸਲਾਂ ਲਿਖਦੇ ਆ, ਦੇਖੋ ਐਵੇਂ ਕਿਸੇ ਜਿਹੜਾ ਇਨਿਊਮਰੇਟਰ ਤੁਹਾਡੇ ਘਰ ਆਉਣਾ ਉਹ ਤੇ ਐਵੇਂ ਸ਼ੱਕ ਨਾ ਕਰਿਓ, ਸਾਰੇ ਬੇਈਮਾਨ ਲੋਕ ਨਹੀਂ ਹੁੰਦੇ, ਕੁਝ ਹੋਣਗੇ। ਮਤਲਬ ਜਦੋਂ ਉਹ ਕੱਚੀ ਪੈਨਸਲਾਂ ਵੀ ਲਿਖਦੇ ਹੈ ਨਾ ਤਾਂ ਉਹਦੀ ਇੱਕ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੂੰ ਇੱਕ ਮਤਲਬ ਘਰ ਦੇ ਵਿੱਚ ਮਤਲਬ 235 ਘਰ ਆ, 235 ਘਰ ਵਿੱਚ ਉਹ ਐਵਰੇਜ 5 ਬੰਦੇ ਲੈ ਕੇ ਚੱਲਦੇ ਆ, ਉਹਨਾਂ ਨੂੰ ਉਨੇ ਕੇ ਫਾਰਮ ਗਿਣਤੀ ਤੇ ਮਿਲਦੇ ਆ, ਬਹੁਤ ਟੌਪ ਦਾ ਫਾਰਮ ਹੁੰਦਾ, 10-20 ਰੁਪਏ ਦਾ ਘੱਟੋ ਘੱਟ ਫਾਰਮ ਮੇਰੇ ਹਿਸਾਬ ਨਾਲ ਹੁੰਦਾ ਉਹ, ਤੇ ਉਹਨੂੰ ਜਿਹੜਾ ਆ ਉਹ ਡਰਦਾ ਹੁੰਦਾ ਕਿ ਮੇਰੇ ਕੋਈ ਖਰਾਬ ਨਾ ਹੋ ਜਾਵੇ, ਜਦੋਂ ਉਹਨੂੰ ਸਬਮਿਟ ਕਰਦੇ ਆ ਆਪਣੇ ਜਿੱਥੇ ਉਹਨੇ ਦਫ਼ਤਰ ਚੋਂ ਲਏ ਹੁੰਦੇ ਆ, ਉਹਦੇ ਬਕਾਇਦਾ ਸੀਰੀਅਲ ਨੰਬਰ ਦੇਖੇ ਜਾਂਦੇ ਆ ਵੀ ਆਹ ਸੀਰੀਅਲ ਨੰਬਰ ਨੇ ਦਿੱਤਾ ਸੀ ਤੇ ਘਰ ਇਹਨੇ ਲੱਗੇ ਜੀ। ਤੋ ਜੇਕਰ ਕੱਚੀ ਪੈਨਸਲ ਤੁਹਾਨੂੰ ਡਾਊਟ ਆ ਤਾਂ ਮੈਂ ਤੁਹਾਨੂੰ ਇੱਥੇ ਗਾਈਡ ਕਰਨਾ ਕਿ ਤੁਸੀਂ ਜਿਹੜਾ ਧਰਮ ਵਾਲਾ ਕੋਨਾ ਇਕੱਲਾ ਉਹ ਕੋਲਮ ਆ ਉਹਦੇ ਤੇ ਤੁਸੀਂ ਟਿੱਕ ਜਿਹੜਾ ਨੀਲੇ ਪੈਨਾ ਪਾ ਲਿਓ, ਠੀਕ ਹੈ, ਬਾਕੀ ਉਹ ਤੁਹਾਡੇ ਨਾਂ ਜਾ ਕੇ ਸਹੀ ਕਰਕੇ ਆਰਾਮ ਨਾਲ ਘਰ ਭਰੂਗਾ, ਅਗਲੇ ਨੂੰ ਥੋੜ੍ਹਾ ਜਿਹਾ ਚਾਹੀਦਾ ਨਾ ਕਿ ਮੇਰਾ ਫਾਰਮ ਨਾ ਗਲਤ ਹੋਵੇ, ਤੋ ਇੱਦਾਂ ਦੀ ਕੋਈ ਗੱਲ ਨਹੀਂ ਆ ਵੀ ਉਹ ਮਤਲਬ ਗਲਤ ਲਿਖ ਦਿੰਦੇ ਆ, ਕੋਈ ਜਿਹੜਾ ਹੋਊਗਾ ਬੰਦਾ ਉਹ ਤੇ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਆ, ਆਪਣਾ ਤੁਹਾਡਾ ਫਾਰਮ ਜਿਹੜਾ ਗਿਣਤੀ ਵਾਲਾ ਉਹ ਤੁਸੀਂ ਆਰਟੀ ਅੰਡਰ ਕਢਾ ਕੇ ਵੀ ਦੇ ਸਕਦੇ, ਭਾਈ ਮੈਂ ਤਾਂ ਆਹ ਲਿਖਾਇਆ ਸੀ, ਤੁਸੀਂ ਉਹਦੇ ਕੋਲ ਲਿਖਵਾ ਵੀ ਸਕਦੇ ਕਿ ਮੈਂ ਬੁੱਧ ਲਿਖਾਇਆ ਸੀ, ਹਾਂਜੀ। ਤੋ ਇਸ ਕਰਕੇ ਸਾਥੀਓ ਜਿਹੜਾ ਇੱਦਾਂ ਜਿਹੜਾ ਇਹ ਕਹਾਉਣਾ ਚਾਹੀਦਾ। ਮਾਸਟਰ ਜੀ ਤੁਹਾਡਾ ਬੜਾ ਧੰਨਵਾਦ, ਜਿਹੜੇ ਸਵਾਲ ਜਨਤਾ ਦੇ ਸੀ ਉਹੀ ਮੈਂ ਤੁਹਾਨੂੰ ਪੁੱਛੇ, ਮੇਰਾ ਕੋਈ ਵਿਅਕਤੀਗਤ ਕੋਈ ਸਵਾਲ ਨਹੀਂ ਸੀ ਤੇ ਮੈਨੂੰ ਸਾਰੇ ਸਵਾਲਾਂ ਦਾ ਹੱਲ ਜਵਾਬ ਮਿਲ ਗਿਆ। ਹੁਣ ਮੈਂ ਇਹ ਦਰਸ਼ਕਾਂ ਨੂੰ ਚਾਹੁੰਦਾ ਆ ਕਿ ਉਹਨਾਂ ਨੂੰ ਇਸ ਗੱਲ ਤੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ, ਨਾ ਕਿ ਲਾਈ ਲੱਗ ਤੌਰ ਤੇ ਸੋਚਣਾ ਚਾਹੀਦਾ, ਕਿਉਂਕਿ ਅਸੀਂ ਤਰਕਵਾਦੀ ਹਾਂ, ਬਾਬਾ ਸਾਹਿਬ ਰਵਿਦਾਸ ਮਹਾਰਾਜ ਜੀ ਬੁੱਧ ਦੀ ਅਸੀਂ ਔਲਾਦ ਹਾਂ, ਅਸੀਂ ਸੋਚਦੇ ਹਾਂ ਕਿ ਸਾਡਾ ਪਰਿਵਾਰ ਦਾ ਪਰਿਵਾਰਵਾਦ ਬਣਿਆ ਰਹੇ। ਧੰਨਵਾਦ ਸਾਰਿਆਂ ਦਾ।